ਸਾਡੇ ਇੱਥੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਿ ਵਿਕਾਸ ਹੋ ਰਿਹਾ, ਫਗਵਾੜੇ ਵਿਕਾਸ ਹੋ ਰਿਹਾ, ਇਹ ਵਿਕਾਸ ਸਾਡੀ ਗਲੀ ਤੋਂ ਦਿਖਾਓ ਕਿੱਥੇ ਹੋ ਰਿਹਾ। ਫਗਵਾੜਾ ਦੇ ਨਿਊ ਗੁਰੂ ਹਰਕ੍ਰਿਸ਼ਨ ਨਗਰ ਗਲੀ ਨੰਬਰ 3 ਵਿਖੇ ਪਿਛਲੇ 10-12 ਦਿਨਾਂ ਤੋਂ ਸਟਰੀਟ ਲਾਈਟਾਂ ਬੰਦ ਹੋਣ ਤੇ ਮੁਹੱਲਾ ਨਿਵਾਸੀ ਹੋਏ ਪਰੇਸ਼ਾਨ। ਇਸ ਮੌਕੇ ਹਰੀਓਮ ਸ਼ਰਮਾ ਨੇ ਦੱਸਿਆ ਕਿ ਅਸੀਂ ਅਸ਼ੋਕ ਠੇਕੇਦਾਰ ਨੂੰ ਕਈ ਵਾਰ ਫੋਨ ਲਾਏ ਪਰ ਉਸਨੇ ਕੋਈ ਵੀ ਫੋਨ ਨਹੀਂ ਚੱਕਿਆ ਅਤੇ ਕੱਲ੍ਹ ਨੂੰ ਜੇਕਰ ਕੋਈ ਵੀ ਵਾਰਦਾਤ ਹੁੰਦੀ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ। ਵਤਨ ਕੀ ਰਾਹੇ ਤੋਂ ਪਵਨ ਪਿੰਕਾ ਨਾਲ ਦਰੁਪ ਕਲੂਚਾ ਦੀ ਰਿਪੋਰਟ। ਹਾਂਜੀ, ਮੈਂ ਹਰੀਓਮ ਸ਼ਰਮਾ ਨਿਊ ਹਰਕ੍ਰਿਸ਼ਨ ਨਗਰ ਗਲੀ ਨੰਬਰ 3 ਤੋਂ ਬੋਲ ਰਿਹਾ। ਸਾਡੀਆਂ ਇਹ ਗਲੀ ਦੀਆਂ ਲਾਈਟਾਂ 15 ਦਿਨ ਤੋਂ ਖਰਾਬ ਹੋਈਆਂ ਆ। ਅਸ਼ੋਕ ਕੁਮਾਰ ਜਿਹੜਾ ਹੈਗਾ ਠੇਕੇਦਾਰ, ਉਹਨੂੰ ਅਸੀਂ ਕਈ ਫੋਨ ਕੀਤੇ ਅਤੇ ਉਹ ਕਈ ਫੋਨ ਦੇ ਬਾਵਜੂਦ ਵੀ ਉਹ ਉੱਥੇ ਕਾਰਵਾਈ ਨਹੀਂ ਪਾਈ। ਫਿਰ ਇੱਕ ਦਿਨ ਆਏ, ਲਾਈਟਾਂ ਉਤਾਰ ਕੇ ਲੈ ਗਏ ਪਰ ਹਜੇ ਤੱਕ ਲਾਈਟਾਂ ਲਗਾ ਕੇ ਨਹੀਂ ਗਏ। ਜਿਹੜਾ ਹੁਣ ਸਾਡੇ ਮੀਡੀਆ ਵਾਲਿਆਂ ਨੇ ਦੱਸਿਆ ਕਿ ਜਿਹੜਾ ਮੇਨ ਠੇਕੇਦਾਰ ਹੈਗਾ ਵਿਵੇਕ, ਉਹਦਾ ਫੋਨ ਨੰਬਰ ਲਿਆ, ਉਹਨੂੰ ਫੋਨ ਕੀਤਾ, ਉਹਨੇ ਵੀ ਫੋਨ ਚੱਕਿਆ। ਨਾ ਅਸ਼ੋਕ ਫੋਨ ਚੁੱਕਦਾ, ਨਾ ਵਿਵੇਕ ਫੋਨ ਚੁੱਕਦਾ ਸਾਡਾ। ਅਤੇ ਸਾਡੀ ਗਲੀ ਦੀਆਂ ਲਾਈਟਾਂ ਕਿੱਦਾਂ ਲੱਗੂਗੀਆਂ, ਹਨੇਰਾ ਦੇਖੋ ਤੁਸੀਂ ਕਿੰਨਾ ਹੋਇਆ। ਉਹ ਸਾਡੇ ਪਰਲੇ ਪਾਸੇ ਇੱਕ ਮਕਾਨ ਬਣਦਾ ਪਿਆ, ਉੱਥੋਂ ਪਤਾ ਲੱਗਾ ਕਿ ਠੇਕੇਦਾਰ ਦਾ ਜਿਹੜਾ ਸਮਾਨ ਪਿਆ ਸੀਗਾ ਉਹ ਵੀ 2 ਦਿਨ ਪਹਿਲਾਂ ਚੋਰੀ ਹੋ ਗਿਆ ਇਹ ਲਾਈਟ ਨਾ ਹੋਣ ਦੀ ਵਜ੍ਹਾ ਨਾਲ। ਅਤੇ ਕੱਲ੍ਹ ਨੂੰ ਅਗਰ ਕੋਈ ਵਾਰਦਾਤ ਹੁੰਦੀ ਇੱਥੇ ਤਾਂ ਉਹਦਾ ਜ਼ਿੰਮੇਵਾਰ ਕੌਣ ਆ? ਇਹ ਸਾਡੇ ਇੱਥੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਿ ਵਿਕਾਸ ਹੋ ਰਿਹਾ, ਫਗਾੜੇ ਵਿਕਾਸ ਹੋ ਰਿਹਾ, ਇਹ ਵਿਕਾਸ ਸਾਡੀ ਗਲੀ ਤੋਂ ਦਿਖਾਓ ਕਿੱਥੇ ਹੋ ਰਿਹਾ? ਲਾਈਟਾਂ 15 ਦਿਨ ਹੋ ਗਏ ਲਾਈਟਾਂ ਬੰਦ ਨੂੰ, ਪੂਰੀ ਗਲੀ ਹਨੇਰਾ ਤੁਸੀਂ ਦੇਖ ਸਕਦੇ ਹਾਂ। ਅਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਲਾਈਟਾਂ ਜਲਦੀ ਤੋਂ ਜਲਦੀ ਲਵਾਈਆਂ ਜਾਣ। ਧੰਨਵਾਦ।